ਤੋ ਵੱਡੀ ਖਬਰ ਜੋ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਸਮਾਜ ਸੇਵੀ ਲੱਖਾ ਸਦਾਣਾ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਜਿਨ੍ਹਾਂ ਦੱਸਦੀ ਹੈ ਲੱਖਾ ਸਦਾਣਾ ਨੂੰ ਮੁਰਤੋਂ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਦਰਅਸਲ ਅੱਜ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਮਦਮੀ ਟਕਸਾਲ ਦੇ ਵਿੱਚ ਗੁਰੂ ਘਰ ਦੇ ਵਿੱਚ ਅਰਦਾਸ ਹੋਣੀ ਸੀ ਪਰ ਉਥੇ ਪਹੁੰਚਣ ਤੋਂ ਪਹਿਲਾਂ ਹੀ ਲੱਖਸਾ ਦਾਣਾ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਉਥੇ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਪੁਲਿਸ ਦੇ ਵੱਲੋਂ ਪੂਰੇ ਘਰ ਨੂੰ ਕੇਰਾਬੰਦੀ ਕਰ ਲਿਆ ਗਿਆ ਤੇ ਨਾਲ ਹੀ ਸਵੇਰੇ ਤੜਕੇ ਸਾਰ ਤੋਂ ਹੀ ਪੁਲਿਸ ਜਿਹੜੀ ਹੈ ਲੱਖਾ ਸਦਾਣਾ ਦੇ ਘਰ ਪਹੁੰਚ ਗਈ ਹੈ ਉਥੇ ਲਾਈਵ ਹੋ ਕੇ ਲੱਖਾ ਸਦਾਣਾ ਦੇ ਵੱਲੋਂ ਸਾਰੀ ਗੱਲਬਾਤ ਦੱਸੀ ਗਈ ਹੈ ਤਾਂ ਵੱਡੀ ਖਬਰ ਦੱਸਦੀ ਹੈ ਕਿ ਲੱਖਾ ਸਦਾਣਾ ਦੇ ਨਾਲ ਜੁੜੀ ਹੋਈ ਹੈ ਮੁਰਤੋਂ ਸੁਰਖੀਆਂ ਦੇ ਵਿੱਚ ਹੈ ਲੱਖਾ ਸਦਾਣਾ ਦਰਅਸਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਤੱਕ ਤੇ ਸ੍ਰੀ ਦਮਦਮੀ ਟਕਸਾਲ ਦੇ ਵਿੱਚ ਅਰਦਾਸ ਹੋਣੀ ਸੀ ਜਿੱਥੇ ਕਿ ਕਈ ਹੋਰ ਆਗੂ ਤੇ ਹੋਰ ਨੌਜਵਾਨਾਂ ਦੇ ਵੱਲੋਂ ਸ਼ਿਰਕਤ ਕਰਨੀ ਸੀ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਅਰਦਾਸ ਕਰਨੀ ਸੀ ਪਰ ਉੱਥੇ ਹੀ ਜਾਣ ਤੋਂ ਪਹਿਲਾਂ ਹੀ ਲੱਖਾ ਸਿਧਾਣਾ ਦੇ ਘਰ ਸਵੇਰੇ ਤੜਕੇ ਸਾਰ 4 ਵਜੇ ਹੀ ਪੁਲਿਸ ਦੇ ਵੱਲੋਂ ਘੇਰਾਬੰਦੀ ਕਰ ਲਈ ਗਈ ਤੇ ਜਿਸ ਤੋਂ ਬਾਅਦ ਤਸਵੀਰਾਂ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਨਾਲ ਹੀ ਦੱਸਦੀ ਹੈ ਕਿ ਲਖਾ ਸਦਾਣਾ ਸਮੇਤ ਕਈ ਨੌਜਵਾਨ ਜਿਹੜਾ ਕਿ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਸਵਰਾਜ ਜਿਹੜਾ ਨੌਜਵਾਨ ਹੈ ਉਸ ਦੇ ਵੱਲੋਂ ਵੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਨੂੰ ਵੀ ਨਜ਼ਰਬੰਦ ਉਸ ਦੇ ਘਰ ਦੇ ਵਿੱਚ ਕਰ ਦਿੱਤਾ ਹੈ ਪਰਮਿੰਦਰ ਝੋਟਾ ਜਿਹੜੇ ਨੇ ਮਾਨਸਾ ਤੋਂ ਉਹਨਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਦੱਸਦੀ ਹੈ ਕਿ ਲੱਖਾ ਸਦਾਣਾ ਦੇ ਵੱਲੋਂ ਲਾਈਵ ਹੋ ਕੇ ਕਈ ਗੱਲਾਂ ਸਰਕਾਰ ਨੂੰ ਆਖੀਆਂ ਗਈਆਂ ਸਰਕਾਰ ਤੋਂ ਕਈ ਸਵਾਲ ਪੁੱਛੇ ਗਏ ਨੇ ਕਿ ਮੇਰਾ ਕਸੂਰ ਕੀ ਹੈ ਕਿ ਮੈਨੂੰ ਇਸ ਕਦਰ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਇਸ ਨਾਲ ਹੀ ਲੱਖਾ ਸਦਾਣਾ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਮੈਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਅਰਦਾਸ ਕਰਨ ਜਾ ਰਿਹਾ ਸੀ ਤਾਂ ਮੇਰਾ ਕੀ ਕਸੂਰ ਹੈ ਸਾਡਾ ਹੱਕ ਸਤੁੱਖ ਹੋਇਆ ਜਾ ਰਿਹਾ ਹੈ ਇਸ ਨਾਲ ਹੀ ਲੱਖਾ ਸਦਾਣਾ ਨੂੰ 1 ਨਵੰਬਰ ਦੀ ਬਹਿਸ ਤੋਂ ਪਹਿਲਾਂ ਵੀ ਕਦਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਉਹਨਾਂ ਦੇ ਵੱਲੋਂ ਉਸ ਵੇਲੇ ਵੀ ਲਾਈਵ ਹੋ ਕੇ ਕਈ ਸਵਾਲ ਸਰਕਾਰ ਦੇ ਖਿਲਾਫ ਚੁੱਕੇ ਗਏ ਸਨ ਕਿਸ ਕਦਰ بار بار ਸਰਕਾਰ ਕਿਉਂ ਕਰ ਰਹੀ ਹੈ ਤੇ ਨਾਲ ਹੀ ਪੰਜਾਬੀਆਂ ਨੂੰ ਇਹ ਗੱਲ ਆਖੀ ਹੈ ਕਿ ਪੰਜਾਬੀ ਉਸ ਸਮੇਂ ਰਹਿੰਦੇ ਜਾਗ ਜਾਓ ਅਸੀਂ ਤਾਂ ਆਪਣੇ ਹੱਕਾਂ ਦੇ ਲਈ ਆਪਣੀਆਂ ਮੰਗਾਂ ਦੇ ਲਈ ਸਿਰਫ ਤੋਂ ਸਿਰਫ ਗੁਰੂ ਘਰ ਦੇ ਵਿੱਚ ਜੜੀ ਅਰਦਾਸ ਕਰ ਰਹੇ ਸੀ ਪਰ ਹੁਣ ਬੰਦੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਰਦਾਸ ਦੇ ਵਿੱਚ ਜਿਹੜੇ ਨੌਜਵਾਨ ਪਹੁੰਚ ਰਹੇ ਸੀ ਉਹਨਾਂ ਨੂੰ ਵੀ ਜਿਹੜਾ ਹੈ ਪਹਿਲਾ ਹੀ ਘਰਤ ਗੁਰੂ ਘਰ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਨਾਕੇ ਲਗਾ ਕੇ ਪੁਲਿਸ ਦੇ ਵੱਲੋਂ ਥਾਂ ਥਾਂ ਤੇ ਰੋਕ ਲਿਆ ਗਿਆ। ਉਥੇ ਇਲਾਕਾ ਸਦਾਨਾ ਜਦੋਂ ਲਾਈਵ ਹੋ ਰਹੀ ਸੀ ਤਾਂ ਉਹਨਾਂ ਦੇ ਵੱਲੋਂ ਯੂਏਪੀਏ ਯੂਆਫ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਗਈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੁਝ ਨੋਜਵਾਨਾਂ ਦੇ ਉੱਪਰ ਯੂਏਪੀਏ ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਤੇ ਇਸ ਦੇ ਨਾਲ ਹੀ ਇਲਾਕਾ ਸਦਾਨਾ ਦੇ ਵੱਲੋਂ ਵਾਰ-ਵਾਰ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਪੰਜਾਬੀਆਂ ਨੂੰ ਕਿ ਦੱਸੋ ਕਿ ਸਾਡਾ ਕੀ ਕਸੂਰ ਹੈ? ਅਸੀਂ ਤਾਂ ਸਿਰਫ ਸਿਰਫ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੰਕਾਰ ਰਹੀ ਸੀ ਤੇ ਅਰਦਾਸ ਕਰ ਰਹੀ ਸੀ ਉੱਥੇ ਹੀ ਦੱਸਦੀ ਏ ਕਿ ਲਗਾਤਾਰ 1 ਨਵੰਬਰ ਦੀ ਬੈਂਸ ਸਵੇਲੇ ਵੀ ਇਸੇ ਤਰੀਕੇ ਦਾ ਮਾਹੌਲ ਜਿਹੜਾ ਹੈ ਦੇਖਣ ਨੂੰ ਮਿਲਿਆ ਸੀ ਲੱਖਾ ਸੁਦਾਣਾ ਦੇ ਘਰ ਤੋਂ ਬਾਹਰ ਜਿੱਥੇ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਨਜ਼ਰਬੰਦ ਕਰਕੇ ਪੁਲਿਸ ਦੇ ਵੱਲੋਂ ਘੇਰਾ ਪਾਇਆ ਸੀ ਹਜ਼ਾਰਾਂ ਮਾਫ਼ ਕਰਨਾ ਦਰਜਨਾ ਦੀ ਤਦਾਰ ਦੇ ਵਿੱਚ ਜਿਹੜੇ ਹੈ ਸਵੇਲੇ ਜੁੜੇ ਹੋਏ ਸਨ ਪੁਲਿਸ ਵਾਲੇ ਤੇ ਪੁਲਿਸ ਵਾਲਿਆਂ ਦੇ ਵੱਲੋਂ ਹਰ ਥਾਂ ਦੇ ਉੱਪਰ ਘੇਰਾਬੰਦੀ ਕਰ ਲਈ ਗਈ ਪਿੰਡ ਦੇ ਵਿੱਚ ਵੀ ਥਾਂ-ਥਾਂ ਤੇ ਪੁਲਿਸ ਜਿਹੜੀ ਇਸ ਵੇਲੇ ਖੜੀ ਹੋਈ ਹੈ ਸਿਰਫ ਤੋਂ ਸਿਰਫ ਬੰਦੀ ਸਿੰਘਾਂ ਦਾ ਮਾਮਲਾ ਸੀ ਤੇ ਇਸ ਕਾਰਨ ਇਸ ਵੇਲੇ ਹੋਰ ਵੀ ਕਈ ਨੌਜਵਾਨ ਜੜੇ ਸੀ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਆ ਰਹੇ ਸਨ ਹਾਲਾਂਕਿ ਲੱਖਾ ਸਦਾਣਾ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਕਹਿੰਦੇ ਕਿ ਜੋ ਜਾਣਾ ਹੁੰਦਾ ਤੇ ਅਸੀਂ ਅੱਜ ਹੀ ਜਾ ਸਕਦੇ ਸੀ ਭਾਵੇਂ ਕਿ ਪੁਲਿਸ ਦੇ ਵੱਲੋਂ ਸਾਨੂੰ ਨਜ਼ਰਬੰਦ ਕੀਤਾ ਗਿਆ ਸੀ ਪਰ ਅਸੀਂ ਫਿਰ ਵੀ ਸਕਦੇ ਸੀ ਪਰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਪੁਲਿਸ ਦੇ ਵੱਲੋਂ ਨਾਕੇਬੰਦੀ ਰਹੀ ਰੋਕ ਲੈਣਾ ਸੀ ਤੇ ਨਾਲ ਹੀ ਲਖਸ ਸੁਧਾਨਾ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਸਾਨੂੰ ਪਤਾ ਸੀ ਕਿ ਪੁਲਿਸ ਦੇ ਵੱਲੋਂ ਇਸ ਤਰੀਕੇ ਦਾ ਕੋਈ ਐਕਸ਼ਨ ਲਿਆ ਜਾਣਾ ਹੈ ਇਸ ਦੇ ਲਈ ਅਸੀਂ ਰਾਤ ਨੂੰ ਵੀ ਜਾ ਸਕਦੇ ਸੀ ਪਰ ਅਸੀਂ ਇਸ ਕਰਕੇ ਨਹੀਂ ਗਏ ਤੇ ਅਸੀਂ ਪੁਲਿਸ ਦਾ ਐਕਸ਼ਨ ਦੇਖਣਾ ਚਾਹੁੰਦੇ ਸੀ ਸਰਕਾਰ ਦਾ ਐਕਸ਼ਨ ਦੇਖਣਾ ਚਾਹੁੰਦੇ ਸੀ ਅਸੀਂ ਤਾਂ ਲਗਾਤਾਰ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੰਗ ਕਰ ਰਹੇ ਸੀ ਪਰ ਇੱਕ ਵਾਰ ਮੁਰਤੋਂ ਐਕਸ਼ਨ ਚੜ੍ਹ ਹੈ ਲਖਸ दाना ਦੇ ਉੱਪਰ ਪੁਲਿਸ ਦਾ ਦੇਖਣ ਨੂੰ ਮਿਲਿਆ ਹੈ ਆਮੋ ਸਾਹਮਣੇ ਲੱਖਾ ਸਦਾਣਾ ਤੇ ਪੁਲਿਸ ਕਰਮੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਲਾਈਵ ਹੋ ਕੇ ਲੱਖਾ ਸਦਾਣਾ ਦੇ ਵੱਲੋਂ ਕਈ ਗੱਲਾਂ ਪੰਜਾਬੀਆਂ ਨੂੰ ਤੇ ਕਈ ਗੱਲਾਂ ਸਰਕਾਰ ਨੂੰ ਆਖੀ ਗਈਆਂ ਕਿ ਸਰਕਾਰ बार-बार ਅਜੇਹਾ ਕਿਉਂ ਕਰ ਰਹੀ ਹੈ ਕਿਉਂ ਜਿਹੜੀ ਅਸੀਂ ਆਵਾਜ਼ ਚੁੱਕਦੇ ਆ ਉਸ ਤੋਂ ਬਾਅਦ ਹੀ ਸਾਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੰਦੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ہیں ਉਸ ਦੇ ਨਾਲ ਹੀ ਦੱਸਦੀ ਹੈ ਕਿ ਲੱਖਾ ਸਦਾਣਾ ਦੇ ਵੱਲੋਂ ਸਰਕਾਰ ਨੂੰ ਸਿਰਫ ਇੱਕ ਹੀ ਸਵਾਲ ਕੀਤਾ ਜਾ ਰਿਹਾ ਹੈ ਕਿ ਐਸੇ ਕਿ ਗਲਤ ਕੀ ਹੈ ਅਸੀਤਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਸਿਰਫ ਤੋਂ ਸਿਰਫ ਗੁਰੂ ਘਰ ਦੇ ਵਿੱਚ ਅਰਦਾਸ ਕਰਨੀ ਸੀ ਤੇ ਨਾਲ ਹੀ ਬਹੁਤ ਸਾਰੇ ਹੋਰ ਨੌਜਵਾਨ ਆ ਰਹੇ ਸੀ ਉਹਨਾਂ ਨੂੰ ਵੀ ਮੌਕੇ ਤੇ ਹੀ ਨਾਕਾਬੰਦੀ ਕਰਕੇ ਕਈ ਥਾਵਾਂ ਤੇ ਰੋਕ ਲਿਆ ਗਿਆ ਤੇ ਜੋ ਸਕਾਰਨ ਜਿਹੜਾ ਹੈ ਉਹਨਾਂ ਦੇ ਵੱਲੋਂ ਸਰਕਾਰ ਤੇ ਕਈ ਸਵਾਲ ਤੇ ਪੰਜਾਬੀਆਂ ਨੂੰ ਵੀ ਕਈ ਸਵਾਲ ਪੁੱਛੇ ਜਾ ਰਹੇ ਨੇ ਕਿ ਪੰਜਾਬੀ ਇਸ ਗੱਲ ਨੂੰ ਲੈ ਕੇ ਕਿਉਂ ਚੁੱਪ ਨੇ ਕਿ ਇੱਕ ਪਾਸੇ ਤਾਂ ਜਿੱਥੇ ਕੀ ਸਾਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਅਸੀਂ ਪੰਜਾਬੀਅਤ ਦੇ ਲਈ ਸਵਾਲ ਚੁ ਨੇ ਫਿਰ ਵੀ ਸਰਕਾਰ ਅਜੇ ਐਕਸ਼ਨ ਕਿਉ ਲੈ ਰਹੀ ਨਹੀਂ ਇਸ ਦੇ ਨਾਲ ਹੀ ਬੀਤੇ ਕੁਝ ਦਿਨ ਪਹਿਲਾਂ ਜਿਹੜਾ ਲਖਸਤ ਦਾਣਾ ਹੈ ਜਿਹੜਾ ਬੰਗਾਲ ਗਈ ਸੀ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕੀਤਾ ਗਿਆ ਸੀ ਤੇ ਪੰਜਾਬੀਆਂ ਨੇ ਇੱਕ ਤਸਵੀਰ ਦਿਖਾਈ ਸੀ ਕਿ ਜਿੱਥੇ ਬੰਗਾਲ ਤੇ ਹੋਰ ਨਾ ਸੂਬਿਆਂ ਦੇ ਵਿੱਚ ਚਾਹੇ ਉਹ ਦੱਖਣੀ ਭਾਰਤ ਹੋਵੇ ਉੱਥੇ ਲੋਕ ਆਪਣੀ ਮਾਤ ਭਾਸ਼ਾ ਨੂੰ ਕਿਸ ਤਰੀਕੇ ਦੇ ਨਾਲ ਤਰਜੀਹ ਦਿੰਦੇ ਨੇ ਤੇ ਆਪਣੀ ਬੋਲੀ ਨੂੰ ਕਾਇਮ ਰੱਖਦੇ ਨੇ ਤੇ ਨਾਲ ਹੀ ਜਿਹੜਾ ਹੈ ਇੱਥੇ ਲੋਕੀ ਸ਼ਰਮ ਮਹਿਸੂਸ ਨਹੀਂ ਕਰਦੇ ਨੇ ਤੇ ਉਸ ਤੋਂ ਬਾਅਦ ਪੰਜਾਬ ਯੋ ਨੋਇ ਤਸਵੀਰ ਦਿਖਾਈ ਸੀ ਕਿਸ ਤਰੀਕੇ ਦੇ ਨਾਲ ਪੰਜਾਬੀ ਆਪਣੀ ਮਾਂ ਬੋਲੀ ਤੋਂ ਰੁਸਦੇ ਜਾ ਰਹੇ ਨੇ ਤੇ ਜਿਸ ਤੋਂ ਬਾ ਤੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਦੀ ਇਹ ਤਸਵੀਰਾਂ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀ ਇੱਕ ਵਾਰ ਮੁਰਤੋ ਦੱਸਦੀ ਹੈ ਲੱਖਾਂ ਸਦਾਣਾ ਨੂੰ ਉਹਨਾਂ ਦੇ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਘਰ ਦੇ ਵਿੱਚ ਉਹਨਾਂ ਦੇ ਵੱਲੋਂ ਕਹਿ ਲਏ ਕਈ ਸਵਾਲ ਚੁੱਕੇ ਗਏ ਸਨ ਤੇ ਨਾਲ ਹੀ ਗੁਰੂ ਘਰ ਦੇ ਵਿੱਚ ਅਰਦਾਸ ਕਰਨ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਹੀ ਗੁਰੂ ਘਰ ਜਾਣ ਤੋਂ ਉਹਨਾਂ ਨੂੰ ਰੋਕ ਲਿਆ ਗਿਆ ਤੇ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਫਿਲਹਾਲ ਅਚਈ ਹੋਰ ਜਾਣਕਾਰੀ ਦੇ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ABC ਪੰਜਾਬ